ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਦਾ ਸਵਾਗਤ ਹੈ। ਜਿੱਦਾਂ ਕਿ ਸਾਰੇ ਸਟੂਡੈਂਟਸ ਨੂੰ ਪਤਾ ਕੈਨੇਡਾ ਜਾਣ ਵਾਲੇ ਨੂੰ ਕਿ ਅੱਜ ਕੈਨੇਡੀਅਨ ਅੰਬੈਸੀ ਦੀ ਜਿਹੜੀ ਰਿਕੁਆਇਰਮੈਂਟ ਹੈ SDS ਦੇ ਅੰਡਰ ਉਹ 6 band E ਚ ਮੋਡਿਊਲ ਹੈ। ਸਟਿਲ ਅੱਜ ਵੀ ਜਨਰਲ ਕੈਟਾਗਰੀ ਦੇ ਵਿੱਚ 6 overall ਦੇ ਵੀਜ਼ੇ ਹਜੇ ਵੀ ਆ ਰਹੇ ਹੈ, ਬਟ ਇੱਕ ਬਹੁਤ ਵੱਡੀ ਚੇਂਜਿਸ ਹੋਣ ਜਾ ਰਹੀ ਹੈ 1 April ਤੋਂ SDS ਗਲੋਬਲ ਸ਼ੁਰੂ ਹੋ ਰਿਹਾ ਵੈ, ਜਿਹਦੇ ਤਹਿਤ GIC ਵੀ $20,000 ਜਾਏਗਾ ਔਰ ਜੋ ਸੰਭਾਵਨਾਵਾਂ ਆ ਰਹੀਆਂ ਕਿ ਵੀਜ਼ਾ ਵੀ ਸਿਰਫ 6E ਵਾਲਿਆਂ ਨੂੰ ਹੀ ਮਿਲੇਗਾ। ਅਤੇ ਇਹਨੂੰ ਆਪਾਂ ਆਖਰੀ ਮੌਕਾ ਸਮਝ ਲਈ ਇੱਕ ਵਾਰੀ, ਜਿਹੜੇ ਵੀਰ ਭੈਣ ਭਰਾ ਦੇ 6 overall ਨੇ 6E ਚ ਨਹੀਂ ਹੈਗੇ, ਅਤੇ ਕੋਸ਼ਿਸ਼ ਕਰੋ ਜੇ ਕੈਨੇਡਾ ਦੀ ਫਾਈਲ ਲਾਉਣੀ ਹੈ ਤਾਂ ਅਗਲੇ 2-4-5 ਦਿਨ 'ਚ ਫਾਈਲ ਲਾ ਲਓ, ਤਾਂ ਜੋ ਤੁਸੀਂ ਰੂਲ ਚੇਂਜ ਹੋਣ ਤੋਂ ਪਹਿਲਾਂ ਆਪਣੀ ਫਾਈਲ ਜ਼ਰੂਰ ਜਮ੍ਹਾਂ ਕਰਾ ਪਾਓ। ਸੰਭਾਵਨਾ ਇਹੀ ਹੈ ਕਿ 6E ਤੋਂ ਬਿਨਾਂ ਵੀਜ਼ਾ ਨਹੀਂ ਆਏਗਾ 1 April ਤੋਂ ਔਰ GIC ਵੀ $20,000 ਹੋ ਜਾਏਗਾ। ਅਤੇ ਸੋਚ ਸਮਝ ਕੇ ਸਾਰੇ ਵੀਰ ਭੈਣ ਭਰਾ ਆਪਣਾ ਡਿਸੀਜਨ ਲਓ, ਇਹ ਟਾਈਮ ਨਾ ਖੁੰਝ ਜਾਵੇ ਹੱਥੋਂ ਤੁਹਾਡੇ। ਕੋਸ਼ਿਸ਼ ਕਰੋ ਜਿੰਨੀ ਜਲਦੀ ਹੋ ਸਕਦਾ ਆਪਣੀ ਫਾਈਲ ਅਪਲਾਈ ਕਰੋ, ਸਾਡੇ ਕੋਲ ਆਓ, ਜਿੱਥੇ ਵੀ ਜਾਣਾ ਕਿਸੇ ਵੀ ਏਜੰਟ ਕੋਲ ਅਪਲਾਈ ਕਰਨਾ, ਜਿੰਨੀ ਜਲਦੀ ਹੋ ਸਕਦਾ ਅਪਲਾਈ ਕਰੋ। ਅਸੀਂ 2 May ਇਨਟੇਕ ਵਾਸਤੇ ਦਾਖਲੇ ਕਰਾ ਰਹੇ ਹਾਂ, ਤੁਸੀਂ ਟੋਰੋਂਟੋ ਜਾਣਾ, ਵੈਨਕੂਵਰ ਜਾਣਾ, ਜਿੱਥੇ ਵੀ ਜਾਣਾ 2 ਦਿਨ 'ਚ ਤੁਹਾਡਾ ਦਾਖਲਾ ਹੋ ਜਾਏਗਾ ਅਤੇ ਪੈਸੇ ਸਾਰੇ ਲਿੱਤੇ ਜਾਣਗੇ ਵੀਜ਼ਾ ਲੱਗਣ ਤੋਂ ਬਾਅਦ। ਧੰਨਵਾਦ।